ਮੈਂ SMO ਡਾਕਟਰ ਗੁਨੀਤ ਕੌਰ ਹਾਂ, PHC ਕਿਆਨਪੁਰ ਤੋਂ। ਅਸੀਂ ਓਟ ਸੈਂਟਰ ਦੇ ਬਾਹਰ ਕੈਮਰਾ ਲਾਇਆ ਸੀ, ਸੋ ਦੈਟ ਜਿਹੜੇ ਵੀ ਨਸ਼ਾ ਲੈਣ ਬੰਦੇ ਆਉਂਦੇ ਉਹਨਾਂ 'ਤੇ ਥੋੜ੍ਹੀ ਜਿਹੀ ਵਿਜੀਲੈਂਸ ਰਹੇ। ਬਟ 19 ਤਰੀਕ ਦੀ ਰਾਤ ਨੂੰ 11 ਵਜੇ ਕਿਸੇ ਨੇ ਉਹ ਕੈਮਰਾ ਉਤਾਰ ਲਿਆ। ਪਿੱਛੋਂ ਪਹਿਲੇ ਉਹਦੇ ਕਨੈਕਸ਼ਨ ਕੱਟੇ, ਫਿਰ ਉਹਦੀ ਸ਼ਕਲ ਸਾਨੂੰ ਵੀਡੀਓ 'ਚ ਨਹੀਂ ਮਿਲੀ ਹੈ। ਅਤੇ ਉਹ ਹਾਂਜੀ, ਇਹ ਜਿਹੜਾ ਕੈਮਰਾ ਅਸੀਂ ਲਾਇਆ ਸੀ ਓਟ ਸੈਂਟਰ ਦੇ ਬਾਹਰ, ਅਸੀਂ ਆਪਣੇ ਜਿਹੜੇ ਸਾਡੇ ਓਟ ਸੈਂਟਰ 'ਤੇ ਇੰਪਲੋਈਜ਼ ਕੰਮ ਕਰਦੇ ਉਹਨਾਂ ਦੀ ਸੇਫਟੀ ਵਾਸਤੇ ਸੀ। ਬਿਕੋਜ਼ ਓਟ ਵਾਲੇ ਬੰਦਿਆਂ ਦਾ ਮਿਸਬਿਹੇਵੀਅਰ ਦਾ ਤੁਸੀਂ ਪ੍ਰੈਡਿਕਟ ਨਹੀਂ ਕਰ ਸਕਦੇ। ਬਹੁਤ ਵਾਰੀ ਮਿਸਬਿਹੇਵ ਕਰਦੇ ਨੇ, ਜਾਂ ਕੁੱਟਣ ਮਾਰਨ 'ਤੇ ਆ ਜਾਂਦੇ ਨੇ, ਚੋਰੀ 'ਤੇ ਆ ਜਾਂਦੇ ਨੇ। ਹੁਣ ਉਹ ਸਾਡੇ ਬੰਦਿਆਂ ਦੀ ਜਿਹੜੀ ਸੇਫਟੀ ਹੈ ਉਹ ਕੰਪਰੋਮਾਈਜ਼ ਹੋਈ ਹੈ। ਅਤੇ ਇਹ ਕੈਮਰਾ ਸਾਡੇ ਵਾਸਤੇ ਜ਼ਰੂਰੀ ਸੀ ਕਿ ਸਾਨੂੰ ਇਹਨਾਂ ਦੀ ਸ਼ਕਲਾਂ ਹਮੇਸ਼ਾ ਇਨ ਕੈਮਰਾ ਮਿਲਦੀਆਂ ਸੀ। ਅਸੀਂ ਤਾਂ ਅਪੀਲ ਕਰਾਂਗੇ ਸਰਕਾਰ ਨੂੰ, ਕਿਉਂਕਿ ਅਸੀਂ ਆਪਣੀ ਕੰਟਰੀਬਿਊਸ਼ਨ ਤੋਂ ਲਾਇਆ ਸੀ ਕੈਮਰਾ। ਜੇ ਸਾਨੂੰ ਜਾਂ ਤਾਂ ਉੱਥੇ ਸਰਕਾਰ ਵੱਲੋਂ ਕੋਈ ਸਿਕਿਉਰਿਟੀ ਦਿੱਤੀ ਜਾਏ, ਜਾਂ ਕੈਮਰਾ ਵਾਪਸ ਇੰਸਟਾਲ ਕਰਕੇ ਦਿੱਤਾ ਜਾਏ। ਮੈਮ, ਤੁਹਾਡੇ ਕੋਈ ਪੁਲਿਸ ਨੂੰ ਸੰਬੰਧਿਤ ਥਾਣੇ ਨੂੰ ਕੋਈ ਲਿਖਤੀ ਤੌਰ 'ਤੇ ਦਰਖਾਸਤ ਦਿੱਤੀ ਗਈ ਹੈ? ਅਸੀਂ ਬੜੀ ਵਾਰੀ ਪਹਿਲੇ ਵੀ ਓਟ ਸੈਂਟਰ ਵਾਸਤੇ ਮੰਗਿਆ ਕਿ ਸਾਨੂੰ ਉੱਥੇ ਸਿਕਿਉਰਿਟੀ ਦਿੱਤੀ ਜਾਏ ਸਾਡੇ ਇੰਪਲੋਈਜ਼ ਵਾਸਤੇ, ਕਿਉਂਕਿ ਇਹ ਜਿਹੜੇ ਨਸ਼ੇੜੀ ਆਉਂਦੇ ਇਹਨਾਂ ਦਾ ਬਿਹੇਵੀਅਰ ਕੋਈ ਪ੍ਰੈਡਿਕਟ ਨਹੀਂ ਕਰ ਸਕਦਾ। ਦੇ ਆਰ ਮਿਸਬਿਹੇਵਡ ਮੈਨੀ ਟਾਈਮਸ। ਅਤੇ ਅਸੀਂ ਦੁਬਾਰਾ ਆਪਣੀ PHC ਵਾਸਤੇ 24 ਆਵਰਸ ਦੀ ਸਿਕਿਉਰਿਟੀ ਮੰਗਾਂਗੇ। ਮੈਂ SMO ਡਾਕਟਰ ਗੁਨੀਤ ਕੌਰ ਹਾਂ, PHC ਕਿਆਨਪੁਰ ਤੋਂ। ਅਸੀਂ ਓਟ ਸੈਂਟਰ ਦੇ ਬਾਹਰ ਕੈਮਰਾ ਲਾਇਆ ਸੀ, ਸੋ ਦੈਟ ਜਿਹੜੇ ਵੀ ਨਸ਼ਾ ਲੈਣ ਬੰਦੇ ਆਉਂਦੇ ਉਹਨਾਂ 'ਤੇ ਥੋੜ੍ਹੀ ਜਿਹੀ ਵਿਜੀਲੈਂਸ ਰਹੇ। ਬਟ 19